ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਇੱਕ ਬਿਹਤਰੀਨ ਨਾਟਕ ਇਤਿਹਾਸ ਗਵਾਹ। ਇਸ ਨਾਟਕ ਨੂੰ ਲਿਖਿਆ ਹੈ ਸ਼੍ਰੀਮਾਨ ਰਿਸ਼ੀ ਪੁਰੀ ਨੇ ਅਤੇ ਇਸ ਨਾਟਕ ਦਾ ਨਿਰਦੇਸ਼ਨ ਕੀਤਾ ਹੈ ਦਵਿੰਦਰ ਸਿੰਘ ਜੀ ਨੇ ਅਤੇ ਇਸ ਨਾਟਕ ਦੀਆਂ ਹੁਣ ਤੱਕ 5 ਪੇਸ਼ਕਾਰੀਆਂ ਹੋ ਚੁੱਕੀਆਂ ਨੇ। ਪਹਿਲੀ ਪੇਸ਼ਕਾਰੀ ਸਿਆਟਲ, ਲੋਸ ਏਂਜਲਿਸ, ਟੋਰਾਂਟੋ, ਵੈਨਕੂਵਰ ਅਤੇ ਕੈਨੇਡਾ ਅਤੇ ਹੁਣ ਇੰਡੀਆ ਦੇ ਵਿੱਚ ਯਾਨੀ ਚੰਡੀਗੜ੍ਹ ਪੰਜਾਬ ਦੇ ਵਿੱਚ ਹੁਣ ਇੱਕ ਨਾਟਕ ਦੀ ਜਿਹੜੀ ਪੇਸ਼ਕਾਰੀ ਹੋਣ ਜਾ ਰਹੀ ਹੈ। ਬਿਨਾਂ ਕਿਸੇ ਦੇਰੀ ਤੋਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਨਾਟਕ ਇਤਿਹਾਸ ਗਵਾਹ ਹੈ। ਦਾਰੂ ਪੀਣੀ ਪੀ ਕੇ ਫੇਕਿਆਂ ਤੇ ਪੈਣਾ ਜੱਟੀਏ, ਕੰਮ ਚੱਟਾਂ ਦੇ ਪੁੱਤਾਂ ਦਾ ਪੰਗਾ ਲੈਣਾ ਜੱਟੀਏ। ਯਾਰ ਸੱਚੇ ਪਿਆ ਬੋਈ ਹੋਏ, ਅੱਜ ਦੀ ਰਾਤ ਨੂੰ ਇੱਥੇ ਸੌਂ ਗਏ ਸਹੀ ਸੈੱਟ ਜਗ੍ਹਾ ਵਜੋਂ ਰਾਖੀ ਦਾ ਪੱਗ ਲਾ ਕੇ ਥੱਕਿਆ ਪਿਆ ਸਰੀਰ ਬਈ ਓਏ ਕੰਮ ਕਰ ਕਰਕੇ। ਆਪਾਂ ਸਿਰਫ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਹਾਂ,
ਅਸਲ ਜ਼ਿੰਦਗੀ ਦੇ ਵਿੱਚ ਆਪਾਂ ਗੁਲਾਮ ਹੀ ਆ ਅਮੀਰਾਂ ਦੇ, ਸਰਕਾਰਾਂ ਦੇ, ਲਾਲਚਾਂ ਦੇ, ਲੀਡਰਾਂ ਦੇ, ਬਾਬਿਆਂ ਦੇ। ਓਏ ਹੋਰ ਤਾਂ ਹੋਰ, ਅਸੀਂ ਆਪਣੇ ਆਪ ਦੇ ਗੁਲਾਮ ਆ। ਕਿਤੇ ਬਲਾਤਕਾਰ, ਕਿਤੇ ਚੋਰੀ, ਕਿਤੇ ਕਿਸਾਨਾਂ ਦੇ ਡੰਡੇ ਮਾਰੇ ਜਾਂਦੇ ਨੇ। ਇਹ ਉਹ ਆਜ਼ਾਦ ਮੁਲਕ ਹੀ ਨਹੀਂ ਜਿਸ ਦਾ ਸੁਪਨਾ ਮੈਂ ਤੇ ਮੇਰੇ ਸਾਥੀਆਂ ਨੇ ਦੇਖਿਆ ਸੀ। ਓਏ ਗੱਲ ਜਮਾਂ ਨੂੰ ਸਹੀ ਕਰਨਾ ਬਾਈ ਯਾਰ, ਇਹ ਸਰਕਾਰਾਂ ਬਹੁਤ ਜ਼ੁਲਮ ਕਰਦੀ, ਬੜੀ ਮਹਿੰਗਾਈ ਕੀਤੀ ਆ। ਆ ਮੇਰੀ ਬੋਤਲ 100 ਦੀ ਹੁੰਦੀ ਸੀ, 400 ਦੀ ਕਰਤੀ। ਆਪ ਬੰਦਾ ਦੱਸੋ ਕੀ ਕਰੂ ਯਾਰ। ਉਹ ਸੁੱਚਾ ਸਿਆ, ਗੱਲ ਸਿਰਫ ਬੋਤਲ ਦੀ ਨਹੀਂ, ਗੱਲ ਤਾਂ ਉੱਤੇ ਬੈਠੇ ਬੰਦਿਆਂ ਦੀ ਥੱਲੇ ਵਾਲਿਆਂ ਤੇ ਜ਼ੁਲਮ ਕਰਨ ਦੀ ਆ। ਕਿਤੇ ਕਿਸਾਨਾਂ ਤੇ ਡੰਡੇ ਮਾਰੇ ਜਾਂਦੇ ਨੇ, ਕਿਤੇ ਟੀਚਰਾਂ ਦੇ ਡੰਡੇ ਮਾਰੇ ਜਾਂਦੇ ਨੇ। ਇਹ ਤਾਂ ਨਹੀਂ ਸੀ ਸਾਡਾ ਸੁਪਨਾ। ਓਏ ਬਾਈ ਐਡੀ ਵੀ ਗੱਲ ਨਹੀਂ ਯਾਰ, ਉਹ ਸਾਡੇ ਬੰਦੇ ਨੇ ਤਰੱਕੀ ਬਹੁਤ ਕੀਤੀ ਆ, ਆ ਕੈਨੇਡੇ, ਅਮਰੀਕੇ, ਉਹ ਸਾਡੇ ਬੰਦੇ ਸਰਕਾਰਾਂ ਚਲਾਉਂਦੇ ਸਰਕਾਰਾਂ ਤੇ। ਉਹ ਬੋਲਿਆ ਪੰਛੀਆ, ਤੈਨੂੰ ਕਿਹਨੇ ਕਿਹਾ ਹੈ ਵੀ ਉਹ ਸਰਕਾਰਾਂ ਚਲਾਉਂਦੇ ਨੇ? ਓਏ ਉਹ ਤਾਂ ਸਰਕਾਰ ਦੀ ਨੌਕਰੀ ਕਰਦੇ ਨੇ। ਲੰਮੀਆਂ ਸੜਕਾਂ, ਉੱਚੀਆਂ ਇਮਾਰਤਾਂ, ਵੱਡੀਆਂ ਗੱਡੀਆਂ, ਇਹ ਸਭ ਮੈਂ ਇਹਨਾਂ ਨੂੰ ਤਰੱਕੀ ਨਹੀਂ ਮੰਨਦਾ। ਨਾ ਮੰਨ, ਜਿੱਦੀ ਹੋ ਦਾ ਪਏ। ਉਹ ਲੱਗਦਾ ਤਾਈਓ ਤੁਹਾਨੂੰ ਗੋਰਿਆਂ ਨੇ ਫਾਂਸੀ ਟੰਗਿਆ ਤੇ ਹੁਣ ਥੋੜੇ ਝਗੜਾ ਪਤਾਈ ਜਾਣਾ। ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਕ ਮਰਦਾ ਆ ਕੋਈ ਕਰਮਾ ਵਾਲਾ ਪਛਤਾਵਾ। ਆਸ਼ਿਕ, ਇਨਕਲਾਬੀ ਤੇ ਸ਼ਾਇਰ ਕਦੇ ਨਹੀਂ ਮਰਦੇ, ਸਗੋਂ ਉਹ ਤਾਂ ਕਰਮਾ ਵਾਲੇ ਹੁੰਦੇ ਨੇ। ਗੱਲਾਂ ਬਾਈ ਬਹੁਤ ਹੋਣਗੀਆਂ ਤੈਨੂੰ। ਉਹ ਦਾਦਾ ਤੇਰੀ ਫੋਟੋ ਲੱਗੀ ਆ, ਉਹ ਇੰਨਾ ਤੈਨੂੰ ਮਾਣ ਸਨਮਾਨ ਮਿਲਦਾ, ਮਾਮਾ ਕੋਈ ਛਿੱਕੂ ਭਾਲਦਾ। ਹੋਰ ਉਹ ਸੁੱਚਾ ਸਿਆ, ਤੂੰ ਫੋਟੋ ਲੱਗੀ ਤਾਂ ਦੇਖ ਲਈ, ਪਰ ਉਸ ਫੋਟੋ ਦੇ ਥੱਲੇ ਬੈਠੇ ਉਹ ਹਜ਼ਾਰਾਂ ਲੋਕ ਨਹੀਂ ਦੇਖੇ? ਕਦੇ ਕਿਸੇ ਬੁੱਢੀ ਮਾਂ ਨੂੰ ਉਹਦੀ ਪੈਨਸ਼ਨ ਨਹੀਂ ਮਿਲਦੀ, ਕਿਤੇ ਕਿਸਾਨਾਂ ਦੇ ਡੰਡੇ ਮਾਰੇ ਜਾਂਦੇ ਨੇ। ਤੇ ਆ ਲੀਡਰ, ਲੀਡਰ ਸਾਡਾ ਨਾਮ ਇਸਤੇਮਾਲ ਕਰਕੇ ਵੋਟਾਂ ਮੰਗਦੇ ਨੇ ਤੇ ਆਮ ਜਨਤਾ ਨੂੰ ਗੁੰਮਰਾਹ ਕਰਦੇ ਨੇ। ਇਹੀ ਤੇਰੇ ਝਾਕਣ ਦਾ ਵੇਲਾ ਸੀ। ਚਲੋ ਮੇਰਾ ਵੀ ਡਿਊਟੀ ਤੇ ਖੜਨ ਦਾ ਸਮਾਂ ਹੋ ਗਿਆ। ਅਸੀਂ ਅੱਜ ਇੱਥੇ ਕੋਈ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਣ ਨਹੀਂ ਆਏ। ਅੱਜ ਲਾਲ ਸਿੰਘ ਜੀ ਦੇ ਜਨਮ ਦਿਨ ਤੇ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਕਿ ਵੋਟਾਂ ਤੋਂ ਬਾਅਦ ਮੈਂ ਜਿੰਨੇ ਇੱਥੇ ਬੇਰੁਜ਼ਗਾਰ ਨੌਜਵਾਨ ਨੇ ਸਭ ਨੂੰ ਰੁਜ਼ਗਾਰ ਲੈ ਕੇ ਦਿਆਂਗਾ। ਆਪਣੇ ਪੰਜਾਬ ਵਿੱਚ ਜੋ 6ਵਾਂ ਦਰਿਆ ਚੱਲ ਰਿਹਾ ਨਸ਼ਿਆਂ ਦਾ, ਅਸੀਂ ਉਸ ਨੂੰ ਠੱਲ ਪਾਵਾਂਗੇ। ਜੋ ਨੌਜਵਾਨ ਇਹ ਨਸ਼ੇ ਦੀ ਦਾਦਾਂ ਵਿੱਚ ਧਰ ਚੁੱਕੇ ਨੇ ਉਹਨਾਂ ਨੂੰ ਬਾਹਰ ਕੱਢਾਂਗੇ। ਮੈਂ ਵਾਅਦਾ ਕਰਦਾ ਤੁਹਾਡੇ ਸਾਰਿਆਂ ਨਾਲ ਕਿ ਗਰੀਬੀ ਤੇ ਬੇਰੁਜ਼ਗਾਰੀ ਦਾ ਲੱਕ ਤੋੜ ਦਿਆਂਗੇ। ਮੈਂ ਲਾਲ ਸਿੰਘ ਜੀ ਦੀ ਸੋਹਣ ਲੀਡਰਾ ਆਪਣੇ ਗੰਦੇ ਹੱਥ ਨਾਲ ਲਾਏ, ਲਾਲ ਸਿੰਘ ਨੂੰ ਗੰਦੇ ਹੱਥ ਨਾਲ ਲਾਏ। ਉਹ ਤੁਸੀਂ ਫੜ ਵਾਰ ਆਉਣੇ, ਉਹ ਫੜ ਵਾਰ, ਉਹ ਕਦੇ ਨੀਲੇ ਬਣ ਕੇ, ਕਦੇ ਚਿੱਟੇ ਬਣ ਕੇ ਤੇ ਕਦੇ ਪੀਲੇ ਬਣ ਕੇ, ਤੇ ਤੁਹਾਡੇ ਤੁਹਾਡੇ ਇੰਨਾ ਰੰਗਾਂ ਨੇ ਸਾਡੀ ਆਮ ਜਨਤਾ ਨੂੰ ਬੇਰੰਗ ਕਰਕੇ ਰੱਖ ਦਿੱਤਾ। ਉਹ ਤੁਸੀਂ ਕੁਰਸੀ ਕੁਰਸੀ ਕਰਦੇ ਹੋ ਤੇ ਕੁਰਸੀ ਦੀ ਭੁੱਖ ਨੇ ਉਹ ਸਾਨੂੰ ਆਮ ਬੰਦਿਆਂ ਨੂੰ ਭੁੱਜੇ ਬੈਠੇ ਲੋਕਾਂ ਨੂੰ ਵੋਟਾਂ, ਉਹ ਸਿਰਫ ਵੋਟਾਂ ਤੱਕ ਤੁਹਾਡਾ ਮਤਲਬ ਨਹੀਂ। ਬਹੁਤ ਹੋ ਗਿਆ,
ਬਹੁਤ ਹੋ ਗਿਆ, ਹੁਣ ਨਹੀਂ ਸਵਾਂਗੇ ਅਸੀਂ ਚਾਕੇ ਲੀਡਰ ਚਾਕੇ ਆ ਉਹ ਕਬਰਾਂ ਤੇ ਫੁੱਲ ਤੇ ਜਿਉਂਦਿਆਂ ਦੇ ਵੱਟੇ ਓਏ ਅਸੀਂ ਨਹੀਂ ਚੱਲਣ ਦੇਣੇ ਓਏ ਚੱਲਣ ਨਹੀਂ ਦੇਣੇ ਓਏ ਤੁਸੀਂ ਓਏ ਤੂੰ ਸ਼ਰਾਬ ਪੀਤੀ ਹੋਈ ਓਏ ਸ਼ਰਾਬ ਪੀਣਾ ਹੋਵੇ ਕਿਸੇ ਥਾਣਾ ਓ ਮੁੰਡਾ ਓਏ ਓਏ ਨੂੰ ਓਏ 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 ਕਿਸੇ ਕੋਲ ਆ ਜਾ ਓਏ 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 ਜਾ ਤੂੰ ਓਏ ਜਾ ਓਏ ਜਾ ਓਏ 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 ਲੱਗਦਾ ਤੈਨੂੰ ਜ਼ਿਆਦਾ ਕੁੜਤਾ ਪੜਿਆ ਬੜਾ ਹੋਇਆ ਓਏ ਹੱਥ ਨਾਲ ਲਈ ਓਏ ਕਿੰਨਾ ਮੁੰਡਾ ਧੋਕੇ ਪਾਇਆ ਤੂੰ ਮੈਂ ਤੈਨੂੰ ਪਤਾ ਕੀ ਧੋਖਾ ਦਿੱਤਾ ਉਹ ਮੈਂ ਤੇਰੀਆਂ ਗੱਲਾਂ ਕਰ ਪਿਆ ਉਹ ਮੈਨੂੰ ਲੱਗਿਆ ਤੂੰ ਚੰਗੀਆਂ ਗੱਲਾਂ ਕਰਦਾ ਉਹ ਮੈਂ ਤੇਰੀ ਚੱਕ ਚਾਕਾ ਲੀਡਰ ਨੂੰ ਬੋਲ ਪਿਆ ਤੇ ਉਹ ਤੇ ਉਹਦੇ ਬੰਦੇ ਤੇਰੇ ਸਾਹਮਣੇ ਮੈਨੂੰ ਕੁੱਟਦੇ ਰਹੇ ਤੇਰੇ ਸਾਹਮਣੇ ਉਹ ਸੱਚਿਆ ਮੈਂ ਉਦੋਂ ਕਿਵੇਂ ਆਉਂਦਾ ਮੈਂ ਤਾਂ ਉਦੋਂ ਪੁੱਤਲਾ ਸੀ ਆਹੋ ਹਨੇਰਿਆਂ ਦੀ ਉਹ ਜਾਗਣ ਜੋਗਾ ਤੂੰ ਸੱਚਿਆ ਮੇਰੇ ਨਾਲ ਐਵੇਂ ਨਾਰਾਜ਼ ਨਾ ਹੋ ਤੂੰ ਓਏ ਸਗੋਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਕਿ ਤੂੰ ਇੱਕ ਲੀਡਰ ਦੇ ਖਿਲਾਫ ਆਵਾਜ਼ ਚੁੱਕੀ ਹੈ ਤੇ ਜੇਕਰ ਲੋਕ ਇਦਾਂ ਹੀ ਆਵਾਜ਼ ਚੁੱਕਣ ਲੱਗ ਜਾਣ ਤਾਂ ਸ਼ਾਇਦ ਕੋਈ ਮੀਂਹ ਜਾਗ ਜਾਵੇ ਉਹ ਕਿਹੜੀ ਮੀਂਹ ਇਹੀ ਇਹੀ ਕਿ ਕੋਈ ਸਾਡੇ ਵਰਗਿਆਂ ਦਾ ਨਾਮ ਲੈ ਕੇ ਲੋਕਾਂ ਨੂੰ ਗੁੰਮਰਾਹ ਨਾ ਕਰ ਸਕੇ ਤੇ ਝੂਠ ਦੇ ਨਾਮ ਤੋਂ ਵੋਟਾਂ ਲੈਣ ਲੈ ਸਕੇ ਆਹੋ ਤੇ ਫਿਰ ਕੁੱਟ ਪੈਣ ਤੇ ਅਸੁੱਜੇ ਹੱਥਾਂ ਤੇ ਪੱਟੀਆਂ ਵੱਟ ਕਰਨ ਵਾਲਾ ਵੀ ਨਾ ਕੋਈ ਮਿਲੇ ਉਹ ਦੇਖੋ ਭਾਈ ਅਸੀਂ ਆਮ ਬੰਦੇ ਉਹ ਸਾਨੂੰ ਨਹੀਂ ਸ਼ੌਕ ਆ ਮਰਨ ਮੁਰਨ ਦਾ ਤੇ ਜੇ ਤੈਨੂੰ ਬਾਹਲਾ ਸ਼ੌਕ ਆ ਨਾ ਤੇ ਦੁਬਾਰਾ ਆ ਜਾ ਜਿਉਂਦਾ ਹੋ ਕੇ ਉਹ ਕਰ ਲਈ ਆਪਦੇ ਉਹ ਧੂਰੇ ਸੁਪਨੇ ਪੂਰੇ ਤੈਨੂੰ ਕੀ ਲੱਗਦਾ ਤੈਨੂੰ ਕੀ ਲੱਗਦਾ ਹੈ ਕਿ ਮੈਂ ਇੱਕ ਵਾਰ ਮਰ ਕੇ ਦੁਬਾਰਾ ਕਦੇ ਆਇਆ ਹੀ ਨਹੀਂ ਪਹਿਲਾਂ ਤਾਂ ਮੈਨੂੰ ਬਗਾਨਿਆਂ ਨੇ ਮਾਰਤਾ ਫਿਰ 47 84 ਚ ਮੈਨੂੰ ਮੇਰੇ ਆਪਣਿਆਂ ਨੇ ਮਾਰਤਾ ਉਹ ਯਾਰ ਪਿੱਛੇ ਜਿਹੇ ਤਾਂ ਆਇਆ ਸੀ ਮੈਂ ਜਦੋਂ ਲੋਕਾਂ ਨੇ ਮੈਨੂੰ ਗੱਦਾਰ ਡਰਪੋ ਤੇ ਹੋਰ ਪਤਾ ਨਹੀਂ ਕੀ ਕਹਿ ਕਹਿ ਕੇ ਮਾਰਤਾ ਅਫਸੋਸ ਤਾਂ ਇਸ ਗੱਲ ਦਾ ਸੁੱਚਾ ਸਿਆ ਕਿ ਜਿਉਂਦੇ ਜੀ ਸਾਡੇ ਨਾਲ ਤੁਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਤੇ ਮਰਨ ਪਿੱਛੋਂ ਉਹੀ ਲੋਕ ਮੇਲੇ ਲਾਉਂਦੇ ਨੇ ਤੇ ਸਾਡੇ ਸੇਵਿਆਂ ਦੀ ਮਿੱਟੀ ਨੂੰ ਚੁੱਕ ਕੇ ਘਰ ਲੈ ਜਾਂਦੇ ਨੇ ਹਜ਼ਾਰ ਵਾਰ ਮਰਿਆ ਤੇ ਹੋਰ ਪਤਾ ਨਹੀਂ ਕਿੰਨੀ ਵਾਰ ਮਰਨਾ ਪਰ ਅਸੀਂ ਇਸੇ ਤਰ੍ਹਾਂ ਆਉਂਦੇ ਰਹਾਂਗੇ ਨਹੀਂ ਕੋਈ ਤੈਨੂੰ ਸਰਕਾਰਾਂ ਨੇ ਨੀ ਮਾਰਿਆ ਭਾਈ ਅਸੀਂ ਵੀ ਤੇਰੇ ਓਨੇ ਗੁਨਾਹਗਾਰ ਭਾਈ ਹੋਏ ਤੁਹਾਡੇ ਜਿਉਂਦੇ ਹੁੰਦੇ ਅਸੀਂ ਤੁਹਾਡੇ ਨਾਲ ਨੀ ਤੁਰਦੇ ਤੇ ਤੁਹਾਡੇ ਪਿਆਰ ਤੋਂ ਬਾਅਦ ਅਸੀਂ ਤੁਹਾਡੇ ਨਾਲ ਹੋਣ ਦਾ ਪਖੰਡ ਕਰਦੇ ਹਾਂ ਬਾਈ ਪਖੰਡ ਕਰਦੇ ਹਾਂ ਉਹ ਸਾਡੀਆਂ ਜ਼ਮੀਰਾਂ ਮਰੀਆਂ ਹੋਈਆਂ ਬਾਈ ਸਾਡੀਆਂ ਹੀ ਜ਼ਮੀਰਾਂ ਮਰੀਆਂ ਤੇ ਤੂੰ ਉਹ ਜ਼ਮੀਰ ਨੂੰ ਜਗਾ ਦਿੱਤਾ ਬਾਈ ਅੱਜ ਤੋਂ ਬਾਅਦ ਅਸੀਂ ਆਪਣੇ ਹੱਕਾਂ ਸੱਚਾਂ ਲਈ ਲੜਾਂਗੇ ਆਪਣੀ ਪੰਜਾਬੀ ਮਾਂ ਬੋਲੀ ਲਈ ਲੜਾਂਗੇ ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ ਅਸੀਂ ਲੜਾਂਗੇ ਸਾਥੀ ਉਦਾਸ ਮੌਲਕ ਮੌਸਮ ਲਈ ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਅਸੀਂ ਲੜਾਂਗੇ ਸਾਥੀ ਹੱਥਾਂ ਦੇ ਪੈਰ ਰੱਟਣਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ ਗੁਲਾਮ ਹੋਈਆਂ ਸਦਰਾਂ ਦੇ ਲਈ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਬੜਾ ਹੀ ਗਹਿਰਾ ਤਾਗ ਹੈ ਯਾਰੋ ਗੁਲਾਮੀ ਜਿਸਕਾ ਨਾਮ ਹੈ ਉਸਕਾ ਜੀਣਾ ਭੀ ਕਿਆ ਜੀਣਾ ਜਿਸਕਾ ਦੇਸ਼ ਗੁਲਾਮ ਹੈ
सीने में जो आग थी यारो आज बना वो शोला, मेरा रंग दे बसंती चोला, माए रंग दे बसंती चोला। एक बहुत ही बेहतरीन नाटक संदेश दिंदा होया आजादी सानू किस तरीके नाल मिली, किन्ने सदियों का संघर्ष सी जिथे अज आपां आजादी दे विच सुख दा सांह ले रहे हैं, पर अज भी कुछ कृतियां ने जिन्हां पिछे सानू अज लड़न की लोड़ है। ते दोस्तों मैं मंच ते सदा देण जा रहा हाँ सिख लैंस फैसटिवल के फाउंडर रिस्पैक्टिड सरदार विकी सिंह जी, रिस्पैक्टिड गुरप्रीत कौर मैम जी ते श्री ओजस्वी जी को मंच उत्ते आन ते जिहड़े साढ़े आर्टिस्ट ने उन्हां दा सन्मान कर उन्हां नूं आशीर्वाद दे। तुहाडी मिठी मिठी क्लैपिंग हो जाए एंड सन्मान ते। मैं दविंदर सिंह जी को गुजारिश करांगा वो मंच ते आण, जो टीम हैगी है वो रूबरू करवाण दर्शकों, क्योंकि एक नाटक तैयार करने के लिए बहुत महीनों की मेहनत होंगी है जी, तो सिर्फ अद्धे घंटे के दिख रही है। दविंदर सिंह जी, वाहेगुरु जी खालसा वाहेगुरू जी की फतेह। सब तो पहला सब तह दिलों धन्यवाद आए हुए सारे ही दर्शकों का, तो आई एम वेरी थैंकफुल टू ओजस्वी जी, गुरप्रीत मैम, विक्की सिंह जिन्होंने सानू एक प्लेटफॉर्म दिता, तो मेरे नाल पुतले का करैक्टर जिहड़ा प्ले किया दविंदर सिंह, तो शराबी का जिहड़ा करैक्टर ओनली केवल, उस तो बाद नेता जी का जिहड़ा करैक्टर प्ले किया वह गगन दियोन, तो जिहड़े नेता जी के नाल जिहड़े सपोर्टर सीगे वह राहुल सिद्धू, सनी सिद्धू, रवि सिद्धू एंड काला माड़ी। ਅਤੇ ਜੇ ਤੁਹਾਨੂੰ ਪਲੇ ਵਧੀਆ ਲੱਗਿਆ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਜੀ। ਅਤੇ ਜਿਹੜਾ ਪਲੇ ਹੈ ਅਸੀਂ ਸਿੱਖਣਾ ਦਾ ਆਰਟਸ ਐਂਡ ਫਿਲਮ ਫੈਸਟੀਵਲ LA ਦੇ ਵਿੱਚ ਵੀ ਪਰਫੋਰਮ ਕਰ ਚੁੱਕੇ ਹਾਂ, ਸਿਆਟਲ, ਵੈਨਕੂਵਰ, ਟੋਰਾਂਟੋ ਅਤੇ ਹੁਣ ਇੰਡੀਆ। ਸੋ ਬਹੁਤ ਲੰਬੀ ਜਰਨੀ ਹੈਗੀ ਸਾਡੀ, ਅਤੇ ਆਈ ਹੋਪ ਸੋ ਅਸੀਂ ਅੱਗੇ ਵੀ ਇਸ ਤਰ੍ਹਾਂ ਪਲੇ ਲੈ ਕੇ ਆਉਂਦੇ ਰਹਾਂਗੇ। ਥੈਂਕ ਯੂ ਜੀ। I was first introduced to the stage play in Pakistan. You know, when Queen Siglan's Project Pakistan, we went a few years back, there was a play on the partition, Andhi Mai Da Sufna. Andhi Mai Da Sufna. And that was the first time I was introduced to Punjabi play. And then I came back here, I spoke with Ojaswi, because it was our trip for Mesha. ਫੈਬਰਰੀ 'ਚ ਅਸੀਂ ਜਾਈਦਾ, ਫਿਰ ਬਾਅਦ ਜਿੱਥੇ ਆ ਕੇ ਸਾਡਾ ਫਿਲਮ ਫੈਸਟੀਵਲ ਹੁੰਦਾ, ਅਤੇ ਦੈਨ ਜਸਵੀ ਸੈਟ ਕੇ ਸ਼ੋਰ ਵਿਲ ਲਾਈਕ ਟੂ ਸ਼ੋ ਕੇਸ ਦਿਸ ਪਲੇ, ਐਂਡ ਫਿਰ ਦਵਿੰਦਰ ਸਾਡੇ ਨਾਲ ਜੁੜ ਗਿਆ, ਅਤੇ ਇਹ ਪਲੇ ਅਸੀਂ ਕਾਫੀ ਜਗ੍ਹਾ ਹੁਣ ਦਿਖਾ ਚੁੱਕੇ ਹਾਂ, ਸੋ ਆਈ ਥਿੰਕ ਵਿਲ ਮੇਕ ਇਟ ਐਜ਼ ਅ ਐਨੁਅਲ ਥਿੰਗ, ਸੋ ਅੱਗੇ ਸਾਨੂੰ ਕੁਛ ਨਿਆ ਲੈ ਕੇ ਆਓ। ਥੈਂਕ ਯੂ।